ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਮਹਾਸ਼ਿਵਰਾਤਰੀ ਦੇ ਬਾਰੇ, ਜਿਹੜੀ ਐਗਜੈਕਟਲੀ 5 ਦਿਨ ਬਾਅਦ ਆਉਣ ਵਾਲੀ ਹੈ। ਅਤੇ ਜਦੋਂ ਅਸੀਂ ਭਗਵਾਨ ਭੋਲੇ ਸ਼ੰਕਰ ਜੀ ਦੀ ਆਰਾਧਨਾ ਕਰਕੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਾਂ। ਪਿਆਰੇ ਦਰਸ਼ਕੋ, ਮਹਾਸ਼ਿਵਰਾਤਰੀ ਦਾ ਵਰਤ ਜਿਹੜਾ ਹੈਗਾ ਫੱਗਣ ਕ੍ਰਿਸ਼ਨ ਚੌਥੀ ਨੂੰ ਕੀਤਾ ਜਾਂਦਾ ਹੈ। ਸੋ ਚੌਥੀ ਜਿਹੜੀ ਹੈ ਇਸ ਤਾਰੀਖ 'ਤੇ ਸਵਾਮੀ ਭਗਵਾਨ ਸ਼ਿਵ ਸ਼ੰਕਰ ਜੀ ਨੇ, ਯਾਨੀ ਕਿ ਸ਼ਿਵ ਜੀ ਦੀ ਤਿਥੀ ਜਿਹੜੀ ਹੈ ਚੌਥੀ ਹੈਗੀ ਹੈ। ਸੋ ਰਾਤ ਦੇ ਵਿੱਚ ਜਦੋਂ ਅਸੀਂ ਵਰਤ ਕਰਦੇ ਹਾਂ ਤਾਂ ਹੀ ਇਹਦਾ ਨਾਮ ਅਸੀਂ ਸ਼ਿਵਰਾਤਰੀ ਰੱਖਦੇ ਹਾਂ। ਸੋ ਪੁਰਾਣਾਂ ਨੇ ਰੱਖਿਆ, ਅਸੀਂ ਨਹੀਂ ਰੱਖਿਆ ਇਹ। ਸਕੰਦ ਪੁਰਾਣ ਦੇ ਮੁਤਾਬਿਕ ਫੱਗਣ ਕ੍ਰਿਸ਼ਨ ਚੌਥੀ ਨੂੰ ਭਗਵਾਨ ਸ਼ਿਵ ਜੀ ਦੀ ਪੂਜਨ ਜਾਗਰਨ ਅਤੇ ਉਹਨਾਂ ਲਈ ਵਰਤ ਕਰਨ ਵਾਲੇ ਜਿੰਨੇ ਵੀ ਸ਼ਰਧਾਲੂ ਨੇ ਜਿਹੜੇ ਉਹਨਾਂ ਦੀ ਪੂਜਨ ਕਰਦੇ ਆ ਵਰਤ ਰੱਖ ਕੇ, ਉਹਨਾਂ ਨੂੰ ਪੁਨਰ ਜਨਮ ਤੋਂ ਮੁਕਤੀ ਮਿਲਦੀ ਹੈ। ਪਿਛਲੇ ਜਨਮ ਦੇ ਜਿੰਨੇ ਵੀ ਪਾਪ ਨੇ ਸਾਰਿਆਂ ਤੋਂ ਛੁਟਕਾਰਾ ਮਿਲਦਾ ਹੈ। ਰਾਤ ਦੇ ਸਮੇਂ ਕਿਹਾ ਜਾਂਦਾ ਕਿ ਆਪ ਭਗਵਾਨ ਸ਼ਿਵ ਜੀ ਭ੍ਰਮਣ ਕਰਦੇ ਆ। ਸੋ ਐਸੀ ਹਾਲਤ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਵੀ ਉਹ ਪੂਜਨ ਦੇ ਵਿੱਚ ਦੇਖਦੇ ਨੇ ਅਤੇ ਵਰਤ ਦੇ ਵਿੱਚ ਦੇਖਦੇ ਆ, ਉਹਨਾਂ ਦੇ ਸਾਰੇ ਪਾਪ ਦੂਰ ਹੋ ਜਾਂਦੇ ਆ, ਅਕਾਲ ਮੌਤ ਦੇ ਡਰ ਤੋਂ ਮੁਕਤੀ ਮਿਲਦੀ ਹੈ। ਹਰੇਕ ਸ਼ਿਵ ਭਗਤ ਨੂੰ ਚਾਹੀਦਾ ਕਿ ਸ਼ਿਵਰਾਤਰੀ ਦਾ ਵਰਤ ਜ਼ਰੂਰ ਰੱਖੇ। ਸੋ ਇਸ ਦਿਨ ਘੱਟੋ ਘੱਟ ਇੱਕ ਗਾਂ ਨੂੰ, ਬੈਲ ਨੂੰ ਜਾਂ ਸਾਂਢ ਨੂੰ ਹਰਾ ਚਾਰਾ ਗੁੜ ਇਹ 'ਚ ਕੁਛ ਨਾ ਕੁਛ ਜ਼ਰੂਰ ਖਿਲਾਏ, ਜਿਹਦੇ ਨਾਲ ਆਉਣ ਵਾਲਾ ਵੱਡੇ ਤੋਂ ਵੱਡਾ ਸੰਕਟ ਜ਼ਰੂਰ ਟਲਦਾ। ਪਿਆਰੇ ਦਰਸ਼ਕੋ, ਸ਼ਿਵਰਾਤਰੀ ਦੇ ਦਿਨ ਜਿਹੜਾ ਹੈ ਰਾਤੀ 9 ਵਜੇ ਕਿਸੇ ਵੀ ਇਕੱਲੀ ਜਗ੍ਹਾ ਦੇ ਉੱਤੇ ਜੇ ਸ਼ਿਵ ਮੰਦਿਰ ਬਣਿਆ ਹੈ ਤਾਂ ਉੱਥੇ ਜਾ ਕੇ ਸਾਫ਼ ਸਫਾਈ ਕਰੋ, ਪੂਜਾ ਅਰਚਨਾ ਕਰੋ, ਦੀਪਕ ਜਲਾਓ, ਉਹਨੂੰ ਸਜਾ ਦਿਓ, ਤੁਹਾਡੇ 'ਤੇ ਆਉਣ ਵਾਲੀ ਵੱਡੀ ਤੋਂ ਵੱਡੀ ਪ੍ਰੋਬਲਮ ਵੀ ਦੂਰ ਹੋ ਜਾਏਗੀ। ਫਿਰ ਸ਼ਿਵਰਾਤਰੀ ਦੀ ਰਾਤ ਨੂੰ ਸ਼ਿਵਲਿੰਗ ਦੇ ਉੱਤੇ ਓਮ ਜੂ ਸਾਹਾ ਮੰਤਰ ਦਾ ਜਾਪ ਕਰਦੇ ਹੋਏ ਦੁੱਧ ਮਿਲਾ ਕੇ ਜਲ ਚੜਾਓਗੇ, ਨਾਲ ਨਾਲ ਬੇਲ ਅਰਪਿਤ ਕਰੋਗੇ, ਬੇਲ ਪੱਤਰ, ਅਤੇ ਪਰਿਵਾਰ ਦੀ ਸਿਹਤ ਸੰਬੰਧੀ ਤੁਹਾਡੀਆਂ ਸਾਰੀਆਂ ਹੀ ਸਮੱਸਿਆਵਾਂ ਦੂਰ ਹੋ ਜਾਣਗੀਆਂ। ਫਿਰ ਸ਼ਿਵਰਾਤਰੀ 'ਤੇ ਛੋਟਾ ਜਿਹਾ ਪਾਰੇ ਦਾ ਸ਼ਿਵਲਿੰਗ ਲਿਆ ਕੇ ਘਰੇ ਸਥਾਪਿਤ ਕਰੋ, ਵਿਧੀਵਤ ਰੂਪ ਨਾਲ ਉਹਦੀ ਪੂਜਾ ਕਰੋ, ਰੋਜ਼ ਧੂਪ ਦੀਪ ਕਰੋ, ਫੁੱਲ ਚੜਾਓ, ਤਾਂ ਉਹਦੇ ਨਾਲ ਘਰ ਦੇ ਵਿੱਚ ਸਾਕਸ਼ਾਤ ਮਹਾਂਲਕਸ਼ਮੀ ਜੀ ਦਾ ਆਗਮਨ ਹੁੰਦਾ, ਧਨ ਦੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਵਿਆਹ ਨਹੀਂ ਹੋ ਪਾ ਰਿਹਾ, ਜਾਂ ਵਿਵਾਹਿਕ ਜੀਵਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਆਪਸ ਦੇ ਵਿੱਚ ਪਤੀ ਪਤਨੀ ਦੀ ਬਣਦੀ ਨਹੀਂ ਹੈ, ਤਾਂ ਇੱਕ ਮੈਰਿਡ ਲੇਡੀ ਜਿਹੜੀ ਹੈ ਸੁਹਾਗ ਦਾ ਸਮਾਨ ਲਿਆ ਕੇ ਲਾਲ ਸਾੜੀ ਚੂੜੀਆਂ ਫਿਰ ਬਿੰਦੀ ਇਹ ਸਾਰਾ ਸਮਾਨ ਕਿਸੇ ਨੂੰ ਗਿਫਟ ਕਰੇ ਸ਼ਿਵਰਾਤਰੀ ਵਾਲੇ ਦਿਨ, ਤੁਹਾਡਾ ਗ੍ਰਸਤ ਜੀਵਨ ਵਧੀਆ ਹੋ ਜਾਏਗਾ। ਸ਼ਿਵਰਾਤਰੀ ਵਾਲੇ ਦਿਨ ਕੁਛ ਨਾ ਕੁਛ ਆਪਣੇ ਗ੍ਰਹਿਾਂ ਦੇ ਮੁਤਾਬਿਕ ਦਾਨ ਜ਼ਰੂਰ ਦਿਓ, ਕਿਸੇ ਨਾ ਕਿਸੇ ਅਨਾਥ ਆਸ਼ਰਮ ਦੇ ਵਿੱਚ ਵੀ ਭੋਜਨ ਦਿਓ ਬੱਚਿਆਂ ਨੂੰ, ਤੁਹਾਡਾ ਜਿਹੜਾ ਮਾੜੀ ਕਿਸਮਤ ਹੈ ਚੰਗੀ ਕਿਸਮਤ ਦੇ ਵਿੱਚ ਨਿਸ਼ਚਿਤ ਰੂਪ ਦੇ ਵਿੱਚ ਬਦਲ ਜਾਏਗੀ। ਸੋ ਉਸ ਤੋਂ ਇਲਾਵਾ ਸ਼ਿਵਰਾਤਰੀ 'ਤੇ ਬਹੁਤ ਸਾਰੇ ਭਗਤ ਪੁੱਛਦੇ ਆ ਅਕਾਲ ਸਰਪ ਦੋਸ਼ ਦਾ ਵੀ ਉਪਾਅ ਕਰਨਾ ਚਾਹੁੰਦੇ ਆ, ਉਹ ਵੀ ਆਪਣੀ ਬੁਕਿੰਗ ਕਰਵਾ ਸਕਦੇ ਨੇ। ਸੋ ਪਿਆਰੇ ਦਰਸ਼ਕੋ, ਜਿੰਨਾ ਵੀ ਅਸੀਂ ਦੱਸਿਆ ਇਹ ਸਾਰੀ ਵੀਡੀਓ ਜੇ ਤੁਹਾਨੂੰ ਅੱਛੀ ਲੱਗੀ ਤਾਂ ਆਪਣੇ ਦੋਸਤਾਂ ਦੇ ਨਾਲ ਰਿਸ਼ਤੇਦਾਰਾਂ ਨਾਲ ਜ਼ਰੂਰ ਸ਼ੇਅਰ ਕਰਿਓ। ਨਾਲ ਹੀ ਨਾਲ ਸਾਡੇ ਯੂਟਿਊਬ ਚੈਨਲ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਵੀਡੀਓਜ਼ ਨੇ ਜਿਨ੍ਹਾਂ ਨੂੰ ਲੱਖਾਂ ਲੋਕ ਦੇਖ ਚੁੱਕੇ ਪੂਰੇ ਵਰਲਡ ਦੇ ਵਿੱਚ, ਅਤੇ ਤੁਸੀਂ ਵੀ ਪਿੱਛੇ ਨਾ ਰਹੀ ਹੋ। ਸੋ ਹੁਣ ਵਟਸਐਪ ਨੰਬਰ ਵੀ ਹੈ ਸਾਡਾ 9872620533, ਜਿਹੜੇ ਵੀ ਇਸ 'ਤੇ ਅਟੈਚ ਹੋਣਾ ਚਾਹੁੰਦੇ ਆ ਸਾਡੇ ਨਾਲ ਵਟਸਐਪ ਨੰਬਰ 'ਤੇ ਅਟੈਚ ਹੋਣ ਦੇ ਲਈ ਆਪਣਾ ਨਾਮ, ਸਿਟੀ ਨੇਮ, ਕੰਟਰੀ ਨੇਮ ਸਿਰਫ ਇੰਨਾ ਸਾਨੂੰ ਭੇਜ ਸਕਦੇ ਹਨ। ਹੁਣ ਅੱਜ ਦਾ ਰਾਸ਼ੀਫਲ ਜੀ ਦਾ ਸਭ ਤੋਂ ਜ਼ਿਆਦਾ ਇੰਤਜ਼ਾਰ ਰਹਿੰਦਾ ਹੈ। ਮੇਸ਼ ਰਾਸ਼ੀ ਵਾਲੇ ਜਾਤਕ ਕਲਾਕਾਰ ਜਿੰਨੇ ਨੇ ਅੱਜ ਚੰਗੇ ਆਰਡਰਸ ਮਿਲ ਸਕਦੇ ਆ। ਵਰਿਸ਼ ਰਾਸ਼ੀ ਵਾਲਿਆਂ ਨੂੰ 5 ਦੌੜ ਭਰਿਆ ਦਿਨ ਹੈ, ਜਦਕਿ ਮਿਥੁਨ ਰਾਸ਼ੀ ਵਾਲੇ ਕਿਸਮਤ ਅੱਜ ਬਹੁਤ ਕੁਛ ਦੇ ਸਕਦੀ ਹੈ। ਕਰਕ ਰਾਸ਼ੀ ਵਾਲਿਆਂ ਦੇ ਲਈ ਨਾਮ ਮਾਨ ਸਨਮਾਨ ਬਹੁਤ ਜ਼ਿਆਦਾ ਹੋ ਸਕਦਾ ਹੈ। ਫਿਰ ਆਉਂਦੀ ਹੈ ਬਾਰੀ ਸਿੰਘ ਰਾਸ਼ੀ ਵਾਲਿਆਂ ਦੀ, ਦੁਸ਼ਮਣ ਹਾਵੀ ਪ੍ਰਭਾਵੀ ਹੋ ਸਕਦੇ ਆ। ਕੰਨਿਆ ਰਾਸ਼ੀ ਵਾਲੇ ਝੂਠੀ ਗਵਾਹੀ ਨਾ ਦੇਣ, ਨਹੀਂ ਤਾਂ ਫਸ ਸਕਦੇ ਆ। ਤੁਲਾ ਰਾਸ਼ੀ ਵਾਲੇ ਜਾਤਕ ਜਿਹੜੇ ਦੇ ਪਿਆਰ ਤੋਂ ਸ਼ਾਦੀ ਤੱਕ ਦਾ ਅੱਜ ਜ਼ਿਕਰ ਤੁਹਾਡਾ ਜਿਹੜਾ ਉਹ ਸਫਲਤਾ 'ਚ ਬਦਲ ਸਕਦਾ। ਵਰਿਸ਼ਚਿਕ ਰਾਸ਼ੀ ਵਾਲੇ ਅੱਜ ਪੜ੍ਹਾਈ ਦੇ ਵਿੱਚ ਪ੍ਰੋਬਲਮਸ ਆ ਸਕਦੀਆਂ। ਧਨੂ ਰਾਸ਼ੀ ਵਾਲਿਆਂ ਦੇ ਲਈ ਕਿਸਮਤ ਅੱਜ ਬਹੁਤ ਕੁਛ ਦੇਣ ਵਾਲੀ ਆ। ਮਕਰ ਰਾਸ਼ੀ ਵਾਲੇ ਜਾਤਕ ਜਿਹੜੇ ਨੇ, ਅੱਜ ਦਾ ਦਿਨ ਜਿਹੜਾ ਹੈ ਤੁਹਾਨੂੰ ਗੁਆਂਢੀਆਂ ਦੀ ਮਦਦ ਦੇ ਨਾਲ ਕੋਈ ਵੱਡਾ ਕੰਮ ਸਿਰੇ ਚੜ੍ਹ ਸਕਦਾ ਹੈ। ਕੁੰਭ ਰਾਸ਼ੀ ਵਾਲੇ ਜਾਤਕ ਅੱਜ ਸ਼ਤਰੂ ਤੁਹਾਡੇ ਤੋਂ ਡਰੇ ਡਰੇ ਰਹਿਣਗੇ, ਅਤੇ ਮੀਨ ਰਾਸ਼ੀ ਵਾਲੇ ਵਿਦੇਸ਼ ਦੀ ਧਰਤੀ ਨੂੰ ਲਤਾੜਨ ਦਾ ਸੁਪਨਾ ਪੂਰਾ ਹੋ ਸਕਦਾ ਹੈ। ਸੋ ਬਹੁਤ ਸਾਰੇ ਦਰਸ਼ਕ ਪੁੱਛਦੇ ਆ, ਸੁਖਮਿੰਦਰ ਜੀ ਅਸੀਂ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ, ਫਿਰ ਆ ਕੇ ਪੁੱਛ ਸਕਦੇ ਹੋ ਜਾਂ ਟੈਲੀਫੋਨਿਕ ਅਪੁਆਇੰਟਮੈਂਟ ਵੀ ਲੈ ਸਕਦੇ ਹੋ। ਜਿਨ੍ਹਾਂ ਨੂੰ ਨਜ਼ਰਦੋਸ਼ ਜੰਤਰ ਮੰਤਰ ਤੰਤਰ ਦਾ ਵੀ ਭੁਲੇਖਾ ਕਿ ਕੋਈ ਇੱਦਾਂ ਦਾ ਕਿਸੇ ਨੇ ਉਦੋਂ ਉਹਨਾਂ ਦੇ ਕਰਤਾ, ਉਹ ਵੀ ਸਾਡੇ ਤੋਂ ਕਨਫਰਮ ਕਰ ਸਕਦੇ ਨੇ। ਸਾਡਾ ਪਤਾ ਨੋਟ ਕਰ ਲਓ, ਐਸਟ੍ਰੋਲੋਜਰ ਸੁਖਮਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 9417020533, ਅਤੇ ਵਟਸਐਪ ਨੰਬਰ ਹੈ 9872620533। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜਾ ਮਾਂ ਦਾ,
ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੁਕ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ, ਗੁਰੂ ਜੀ ਨੇ ਦੱਸੇ ਰਸਤੇ ਤੇ ਚੱਲੋ, ਝੂਠ ਨਾ ਬੋਲੋ, ਗਾਲਾਂ ਨਾ ਕੱਢੋ, ਕਿਸੇ ਦਾ ਵੀ ਮਾੜਾ ਨਾ ਕਰੋ, ਤਕਦੀਰ ਬਹੁਤ ਵਧੀਆ ਹੋ ਜੂਗੀ ਧੀਆਂ ਨੂੰ, ਕੁੱਖਾਂ 'ਚ ਨਾ ਮਾਰੀਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ, ਨਸ਼ਾ ਤੋਂ ਪਰਹੇਜ਼ ਕਰੀਓ ਤਾਂ 10 ਬੰਦ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ, ਤੁਹਾਡੀ ਸਾਰੀ ਲਾਈਫ ਬਹੁਤ ਜ਼ਿਆਦਾ ਵਧੀਆ ਹੋ ਜੂਗੀ। ਕੱਲ੍ਹ ਫਿਰ ਮਿਲਾਂਗੇ ਇਸੇ ਹੀ ਵਿਸ਼ੇ ਨੂੰ ਅੱਗੇ ਵਧਾਉਂਦੇ ਹਾਂ ਅਤੇ ਬਹੁਤ ਸਾਰੇ ਚਮਤਕਾਰੀ ਉਪਾਅ ਤੁਹਾਨੂੰ ਦੱਸਾਂਗੇ ਕੱਲ੍ਹ ਵੀ। ਕੱਲ੍ਹ ਦਾ ਪ੍ਰੋਗਰਾਮ ਵੀ ਦੇਖਣਾ ਨਾ ਭੁੱਲਿਓ। ਕੱਲ੍ਹ ਤੱਕ ਲਈ ਨਮਸਕਾਰ।